इस वक्त बारिश हो रही है, लेकिन फिर भी मैं तुम्हें दसना कि बड़ी तादाद लोग जड़े ने शिरकत कर रहे पे वे मेले में, लोग फैमिलिया की ना रखी था आ रहे और इसने जनाब एक पंडाल ना सिस्टम है इतना, सिक्योरिटी भी बहुत ज्यादा है और इन्हें चारे पासू इन्हें बंद किया वा उस तकने उस दिसना उस चीज़ों की इसने अंदर जुसा अंदर केड़ी केड़ी एक्टिविटी होनी है पे भी वो जो भी दसो की दसने उम्मीद करने हैं कि आज ना जड़ा सिस्टम है इतना बड़ा लाइक कर सो तकड़े हो सो जनाब सिक्योरिटी सिस्टम ते बंदे आ रहे भी रहे ते जा भी रहे बड़ा सिक्योरिटी सिस्टम है जी ये जनता आ रही है सारी ऐ साढ़े यार और भी आ रहे हैं देखो सरदार जी की हाल है आवाम भी तरह हाय कर दियो हाय कर दियो हाँ जी सिक्योरिटी चेकिंग हो रही है जनाब इतना बाकायदा बंदिया नहीं जबरदस्त तरीके नाल सिक्योरिटी क्लीयरेंस हो गई है साड़ी जी। अच्छा इस तरफ तको जी बच्चों ने खिलौने झूले जनाब तुसो तकने उसो बारिश हो गई है जी, बारिश कम ज्यादा खराब कर छोड़िया, अगर बारिश ना होनी तो अज इतना बहुत ज्यादा रश होना सी, वो रश है भी है बहुत ज्यादा रश है, अगर जुनिया में सुखी दसने जनाब रश
ਬਹੁਤ ਤੇਜ਼ ਬਾਰਿਸ਼ ਆ ਗਈ ਆ ਨਿਕਲ ਬੈਲ ਨਾਲ
Thank you.
ਜੀ ਨਾਜ਼ਰੀਨ ਉਮੀਦ ਕਰਨੇ ਆ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਕੀ ਪਸੰਦ ਆਈ ਹੋਸੀ ਅੱਜ ਇਹ ਜਨਾਬ ਮੇਲਾ ਸੀ ਸਮੈਦਿਕ ਵਿਕਟੋਰੀਆ ਪਾਰਕ ਸਮੈਦਿਕ ਮੇਲਾ ਇਸ ਦੇ ਵਿੱਚ ਲੋਕਾਂ ਬੜੀ ਤਾਦਾਦ ਦੀ ਸ਼ਿਰਕਤ ਕੀਤੀ ਹੈ ਭਈ ਬੜੀ ਤਾਦਾਦ ਵਿੱਚ ਲੇਕਿਨ ਮਸਲਾ ਇਹ ਹੋਇਆ ਕਿ ਬਾਰਿਸ਼ ਹੋਈ ਗਈ ਆ ਤੇ ਜਿਹੜਾ ਨਾ ਇਹ ਮੇਲਾ ਨਜ਼ਰ ਹੋਈ ਆ ਜਨਾਬ ਬਾਰਿਸ਼ ਨਹੀਂ ਨਜ਼ਰ ਆ ਸਵੀਟਸ ਵੀ ਹਨ ਜੀ ਇੱਥੇ ਸੋ ਤਕੜੇ ਹੋ ਬਹੁਤ ਔਰ ਛੋਟੇ ਛੋਟੇ ਜਿਹੜੇ ਬੱਚੇ ਨੇ ਫੈਮਿਲੀ ਪਰਸਨ ਜਿਹੜੇ ਇਸਨੇ ਨੇ ਇਹ ਉਹਨਾਂ ਨੇ ਝੂਲੇ ਬੋਨ ਸਿੰਘ ਕੈਸਲ ਜਿਹੜਾ ਕਿ ਮਿੱਟੀ ਦੇ ਨਾਲ ਗੰਦਾ ਹੋਈ ਆ ਜੀ ਕਿਉਂਕਿ ਬਾਰਿਸ਼ ਦਾ ਮੌਸਮ ਸੀ ਤਾਂ ਬੱਚੇ ਅੰਦਰ ਗਏ ਐਸੋ ਤਕੜੇ ਹੋ ਸੋ ਮਿੱਟੀ ਲੱਗੀ ਹੈ ਅੰਦਰ ਉਹ ਸਲਾਈਡਿੰਗ ਵੀ ਤਕੜੇ ਹੋ ਸੋ ਮਾਹੌਲ ਬਹੁਤ ਸੋਹਣਾ ਸੀ ਲੇਕਿਨ ਅਫਸੋਸ ਕੰਮ ਹੋਈ ਆ ਖਰਾਬ ਅੰਦਰ ਤੋਂ ਜੀ ਅੰਦਰ ਓਕੇ ਜਨਾਬ ਅੱਜ ਦੀ ਵੀਡੀਓ ਕਰਨੇ ਆ ਇੱਥੇ ਇਸ ਤਰ੍ਹਾਂ ਵੀਡੀਓ ਨਾ ਕਰਨੇ ਆ ਇੱਕ ਕੰਮ ਤਾਂ ਉਮੀਦ ਕਰਨੇ ਆ ਕਿ ਤੁਸੀਂ ਕੀ ਜਿਹੜਾ ਸਮੈਦਿਕ ਵਿਕਟੋਰੀਆ ਪਾਰਕ ਵਿਸਾਖੀ ਮੇਲਾ ਜਿਹੜਾ ਇਹ ਤੁਸੀਂ ਕੀ ਪਸੰਦ ਆਇਆ ਉਸੀ ਤਾਂ ਚੈਨਲ ਕੇ ਸਬਸਕ੍ਰਾਈਬ ਵੀ ਕਰੇ ਤਾਂ ਕਮੈਂਟ ਵੀ ਕਰੇ ਤਾਂ ਆਪਣੀ ਜਿਹੜਾ ਨਾ ਤੁਸੀਂ ਅਸਾਂ ਨੈਕਸਟ ਵੀਡੀਓ ਕਿਸ ਪਰ ਬਣਾਉਣੀ ਚਾਹੀਦੀ ਹੈ ਇਹ ਵੀ ਸੋ ਦੱਸਿਆ ਥੈਂਕ ਯੂ ਵੈਰੀ ਵੈਰੀ ਮੱਚ ਫੋਰ ਬੀਇੰਗ ਵਿਦ ਮੀ ਥੈਂਕ ਯੂ ਸੋ ਮੱਚ ਅੱਲਾ ਹਾਫਿਜ਼ ਸੀ ਯੂ ਲੇਟਰ ਆਨ